ਮਿਹਨਤ ਤਾਂ ਸਾਰੇ ਕਰ ਰਹੇ ਆ, ਬਟ ਉਹ ਕੀ ਚੀਜ਼ ਹੈ ਜੋ ਉਹਨਾਂ ਨੂੰ ਸਕਸੈਸਫੁਲ ਬਣਾ ਰਹੀ ਹੈ? ਆਪਾਂ ਨੂੰ ਛੋਟੇ ਹੁੰਦਿਆਂ ਨੂੰ ਸਭ ਨੂੰ ਇਹ ਲੈਕਚਰਸ ਮਿਲਦੇ ਰਹੇ ਆ ਜੀ, ਉਹ ਮੈਨੂੰ ਵੀ ਮਿਲਿਆ ਕਿ ਜੀ ਪਹਿਲਾਂ ਤੈਨੂੰ ਪੜ੍ਹਨਾ ਪਏਗਾ, ਅੱਛਾ ਪੜ੍ਹੇਗਾ, ਫਿਰ ਤੈਨੂੰ ਇੱਕ ਅੱਛੀ ਜੋਬ ਮਿਲੇਗੀ, ਅਤੇ ਫਿਰ ਅਗਰ ਤੇਰੀ ਕਿਸਮਤ ਅੱਛੀ ਹੋਈ ਤਾਂ ਤੂੰ ਕੋਈ ਚੰਗੀ ਗੱਡੀ ਲੈ ਪਾਏਗਾ ਜਾਂ ਇੱਕ ਅੱਛਾ ਘਰ ਤੈਨੂੰ ਮਿਲ ਸਕਦਾ। ਬਿਜ਼ਨਸ ਵਗੈਰਾ 'ਤੇ ਮੈਂ ਕੰਮ ਕਰਨਾ ਜਦੋਂ ਸ਼ੁਰੂ ਕੀਤਾ ਕੁਛ ਆ ਨਹੀਂ ਰਿਹਾ, ਸਭ ਜਾ ਹੀ ਰਿਹਾ, ਤਾਂ ਇੱਕ ਚੀਜ਼ ਮੈਂ ਉਸ ਤੋਂ ਬਹੁਤ ਵੱਡਾ ਲੈਸਨ ਇੱਕ ਲਰਨ ਕੀਤਾ। 5 ਚੀਜ਼ਾਂ ਐਸੀਆਂ ਜੀ ਤੁਹਾਨੂੰ ਹਮੇਸ਼ਾ ਧਿਆਨ 'ਚ ਰੱਖਣੀਆਂ ਚਾਹੀਦੀਆਂ। ਤੁਸੀਂ ਕੋਈ ਵੀ ਇੱਕ ਬੰਦਾ ਐਸਾ ਇਮੈਜਿਨ ਕਰੋ ਜੋ ਤੁਹਾਡੀ ਨਜ਼ਰ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੈ, ਉਹ ਬਹੁਤ ਬਹੁਤ ਜ਼ਿਆਦਾ ਉਸਨੇ ਇੱਜ਼ਤ ਕਮਾ ਰੱਖੀ ਹੈ ਸੋਸਾਇਟੀ ਦੇ ਵਿੱਚ, ਐਂਡ ਤੁਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਹੋ। ਓਕੇ, ਸੋ ਮਾਈ ਨੇਮ ਇਜ਼ ਹੇਵਨਦੀਪ ਸਿੰਘ ਐਂਡ ਆਈ ਐਮ CEO ਆਫ ਅਲਟਰਜ ਇਨਫੋਟੈਕ। ਇੱਕ ਕੁਸ਼ਚਨ 'ਤੇ ਅੱਜ ਆਪਾਂ ਕੰਮ ਕਰਾਂਗੇ ਕਿ ਕਿਉਂ ਕੁਛ ਬੰਦੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦੇ ਹੈ ਐਂਡ ਦੂਸਰੇ ਫੇਲ ਹੋ ਜਾਂਦੇ ਹੈ। ਸੋ ਇਸ ਇੱਕ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ, ਲੈਟਸ ਸਪੋਜ਼ ਸਾਰਿਆਂ ਦਾ IQ 70 ਹੈ। ਸੋ ਹੁਣ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਤੁਹਾਡੇ ਤੋਂ 10 ਗੁਣਾ ਜ਼ਿਆਦਾ IQ ਕਿਸੇ ਦਾ ਹੋ ਸਕਦਾ। ਮੈਂ ਐਸੇ ਬੰਦੇ ਤੁਹਾਨੂੰ ਦੱਸ ਸਕਦਾ ਜਿਸ ਦਾ IQ 150 ਹੋਏਗਾ ਜਾਂ 200 ਹੋਏਗਾ, ਬਟ 700 IQ ਨਹੀਂ ਹੋਊਗਾ ਕਿਸੇ ਦਾ ਵੀ। ਹੁਣ ਦੂਸਰਾ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਤੋਂ 10 ਗੁਣਾ ਜ਼ਿਆਦਾ ਕੋਈ ਕੰਮ ਕਰ ਸਕਦਾ? ਤੁਸੀਂ ਦਿਨ ਦੇ ਵਿੱਚ 9 ਘੰਟੇ ਕੰਮ ਕਰਦੇ ਹੋ, ਕੋਈ ਦਿਨ ਦੇ ਵਿੱਚ 90 ਘੰਟੇ ਕੰਮ ਕਰ ਸਕਦਾ? ਨਹੀਂ, ਇਹ ਹੋ ਨਹੀਂ ਸਕਦਾ। ਬਟ ਫਿਰ ਕਿਉਂ, ਇਹ ਕੀ ਕਾਰਨ ਹੁੰਦੇ ਹੈ ਕਿ ਤੁਹਾਡੇ ਤੋਂ ਜਾਂ ਮੇਰੇ ਤੋਂ 10 ਗੁਣਾ ਜ਼ਿਆਦਾ ਬੰਦੇ ਕਾਮਯਾਬ ਹੈ, 10 ਗੁਣਾ ਜ਼ਿਆਦਾ ਉਹ ਕਮਾ ਰਹੇ ਹੈ, ਐਂਡ ਉਹ 10 ਗੁਣਾ ਜ਼ਿਆਦਾ ਸਾਡੇ ਤੋਂ ਖੁਸ਼ ਹੈ? ਇੱਕ ਛੋਟੀ ਜਿਹੀ ਸਟੋਰੀ ਹੈ ਜੀ। ਮੈਂ ਫਰੀਦਕੋਟ ਤੋਂ ਬਿਲੋਂਗ ਕਰਦਾ, ਇੱਕ ਬਹੁਤ ਛੋਟਾ ਜਿਹਾ ਸ਼ਹਿਰ ਹੈ ਜੀ ਪੰਜਾਬ ਦਾ। ਮੈਂ ਉੱਥੇ ਹੀ ਜੰਮਿਆ ਪਲਿਆ, ਉੱਥੇ ਹੀ ਹੈ ਜੀ। ਮੈਂ ਉੱਥੇ ਕਈ ਵਾਰ ਬੰਦਿਆਂ ਨੂੰ ਦੇਖਦਾ ਸੀ, ਉਹ ਬਹੁਤ ਜ਼ਿਆਦਾ ਲਗਜ਼ਰੀ ਗੱਡੀਆਂ 'ਚ ਘੁੰਮ ਰਹੇ ਆ, ਬਹੁਤ ਅੱਛੇ ਕੱਪੜੇ ਪਾ ਰਹੇ ਆ ਜੀ, ਐਂਡ ਯੂਨੋ ਇੱਕ ਮੈਂ 9th ਕਲਾਸ ਦੇ ਵਿੱਚ ਸੀ ਉਸ ਟਾਈਮ, ਤਾਂ ਮੈਨੂੰ ਇੱਕ ਉਹ ਹੁੰਦਾ ਸੀਗਾ ਕਿ ਯਾਰ ਮੈਂ ਵੀ ਇਹਨਾਂ ਦੇ ਵਰਗਾ ਬਣਨਾ ਹੈ। ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਕੁਛ ਜਿਨ੍ਹਾਂ ਨੂੰ ਮੇਰੀ ਨਜ਼ਰ ਦੇ ਵਿੱਚ ਜੋ ਬਹੁਤ ਜ਼ਿਆਦਾ ਸਕਸੈਸਫੁਲ ਸੀਗੇ, ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਮੈਨੂੰ ਪਤਾ ਲੱਗਿਆ ਕਿ ਹਰ ਬੰਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਕ ਮੁਕਾਮ 'ਤੇ ਪਹੁੰਚਿਆ। ਸੋ ਉਸ ਲਈ ਕੀ ਹੋਇਆ ਜੀ, ਮੈਂ ਪਹਿਲਾ ਲੈਸਨ ਲਰਨ ਕੀਤਾ ਜੀ ਕਿ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ। ਬਟ ਫਿਰ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਕਿ ਮਿਹਨਤ ਤਾਂ ਹਰ ਬੰਦਾ ਹੀ ਕਰਦਾ, ਹਰ ਬੰਦਾ ਹੀ ਯੂਨੋ ਕੋਈ ਮਿਹਨਤ ਮਜ਼ਦੂਰੀ ਕਰ ਰਿਹਾ ਜੀ, ਕੋਈ ਆਪਣੇ ਆਫਿਸ ਦੇ ਵਿੱਚ ਮਿਹਨਤ ਕਰ ਰਿਹਾ, ਮਿਹਨਤ ਤਾਂ ਸਾਰੇ ਹੀ ਕਰ ਰਹੇ ਆ, ਬਟ ਉਹ ਕੀ ਚੀਜ਼ ਹੈ ਜੋ ਉਹਨਾਂ ਨੂੰ ਸਕਸੈਸਫੁਲ ਬਣਾ ਰਹੀ ਹੈ ਅਤੇ ਦੂਸਰੇ ਸਿਰਫ ਆਪਣੀ ਜ਼ਿੰਦਗੀ ਜੀ ਕੇ 'ਚ ਚਲੇ ਜਾ ਰਹੇ ਆ? ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਪੜ੍ਹਨਾ ਜਦੋਂ ਸ਼ੁਰੂ ਕੀਤਾ ਤਾਂ ਥੋੜ੍ਹਾ ਪਤਾ ਲੱਗਿਆ ਮੈਨੂੰ ਕਿ ਜੀ ਤੁਹਾਡੇ ਕੋਲ ਕੋਈ ਪ੍ਰੋਫੈਸ਼ਨਲ ਸਕਿੱਲਸ ਹੋਣੀਆਂ ਬਹੁਤ ਜ਼ਰੂਰੀ ਹੈ, ਜਿਸ ਦੀ ਕਿ ਸਾਰੇ ਬੰਦਿਆਂ ਨੂੰ ਵੈਲਿਊ ਹੋਣੀ ਚਾਹੀਦੀ ਹੈ, ਯੂਨੋ ਤੁਹਾਡੀ ਕਦਰ ਪਵੇ, ਜੋ ਇੱਕ ਐਸੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਜਦੋਂ ਮੈਂ ਇਹ ਚੀਜ਼ ਆਪਣੇ ਪੇਰੈਂਟਸ ਕੋਲ ਗੱਲ ਕੀਤੀ, ਆਪਣੇ ਘਰਦਿਆਂ ਨਾਲ ਮੈਂ ਗੱਲ ਕੀਤੀ, ਤਾਂ ਮੈਨੂੰ ਉਹੀ ਆਪਣੇ ਦੋਸਤਾਂ ਕੋਲ ਵੀ ਮੈਂ ਗੱਲ ਕੀਤੀ, ਬਿਕੋਜ਼ ਮੈਂ ਬਹੁਤ ਜ਼ਿਆਦਾ ਇੱਕ ਮੋਟੀਵੇਟਡ ਸੀ, ਮੈਨੂੰ ਇਹ ਸੀ ਮੈਂ ਅੱਜੇ ਹੀ ਕੁਛ ਨਾ ਕੁਛ ਕਰ ਦੇਣਾ। ਤਾਂ ਜੀ ਇੱਕ ਸੇਮ ਜੋ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਸਭ ਨੂੰ ਇਹ ਲੈਕਚਰਸ ਮਿਲਦੇ ਰਹੇ ਆ ਜੀ, ਉਹ ਮੈਨੂੰ ਵੀ ਮਿਲਿਆ ਕਿ ਜੀ ਪਹਿਲਾਂ ਤੈਨੂੰ ਪੜ੍ਹਨਾ ਪਏਗਾ, ਅੱਛਾ ਪੜ੍ਹੇਗਾ, ਫਿਰ ਤੈਨੂੰ ਇੱਕ ਅੱਛੀ ਜੋਬ ਮਿਲੇਗੀ, ਜੇ ਜੋਬ ਮਿਲੇਗੀ ਫਿਰ ਉਹਦੇ ਵਿੱਚ ਵੀ ਤੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ, ਅਤੇ ਫਿਰ ਅਗਰ ਤੇਰੀ ਕਿਸਮਤ ਅੱਛੀ ਹੋਈ ਤਾਂ ਤੂੰ ਕੋਈ ਚੰਗੀ ਗੱਡੀ ਲੈ ਪਾਏਗਾ ਜਾਂ ਇੱਕ ਅੱਛਾ ਘਰ ਤੈਨੂੰ ਮਿਲ ਸਕਦਾ। ਬਹੁਤ ਜ਼ਿਆਦਾ ਡੀਮੋਟੀਵੇਟਿੰਗ ਸੀ, ਬੜਾ ਮੈਨੂੰ ਵੀ ਧੱਕਾ ਲੱਗਿਆ ਕਿ ਯਾਰ ਇੱਦਾਂ ਲਾਈਕ ਕਿੱਦਾਂ ਹੋ ਸਕਦਾ ਕਿ ਜੀ ਮੈਂ ਕਿਉਂ ਨਹੀਂ ਕਾਮਯਾਬ ਹੋ ਸਕਦਾ, ਦੂਸਰਿਆਂ ਕੋਲ ਐਸਾ ਕੀ ਹੈ ਜੋ ਮੈਂ ਨਹੀਂ ਕਰ ਸਕਦਾ। ਚਲੋ ਜੀ ਟਾਈਮ ਪਾਸ ਹੋਇਆ, ਯੂਨੋ ਥੋੜ੍ਹਾ ਅੱਗੇ ਵਧੇ ਜੀ, ਮੈਂ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਲਈ,
ਮੇਰੇ ਪੇਰੈਂਟਸ ਵੀ ਉਸ ਟਾਈਮ ਤੱਕ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਇੱਦਾਂ ਹੋ ਗਿਆ ਕਿ ਜੀ ਹਾਂ ਠੀਕ ਹੈ ਹੁਣ ਬੱਚਾ ਸਾਡਾ ਇੰਜੀਨੀਅਰਿੰਗ ਕਰ ਰਿਹਾ ਜੀ, ਉਸ ਤੋਂ ਬਾਅਦ ਨਿਕਲ ਕੇ ਜੋਬ ਕਰੇਗਾ, ਇਹਦੀ ਲਾਈਫ ਸੈੱਟ ਹੋ ਜਾਏਗੀ ਅਤੇ ਸਾਡੀ ਕੁਛ ਟੈਨਸ਼ਨ ਜੋ ਹੈ ਘਟੇਗੀ ਇਸ ਦੇ ਪ੍ਰਤੀ। ਬਟ ਕੀ ਹੋਇਆ ਜੀ, ਇੰਜੀਨੀਅਰਿੰਗ ਡਿਗਰੀ ਮੈਂ ਜੋ ਯੂ ਨੋ ਮੈਂ ਕਾਲਜ ਜਾਂਦਾ ਸੀਗਾ ਬਟ ਉੱਥੇ ਜਾ ਕੇ ਮੈਂ ਲੈਕਚਰ ਨਹੀਂ ਲਗਾਉਂਦਾ ਸੀ, ਇੰਸਟੈਡ ਮੈਂ ਬੈਠ ਕੇ ਕਿਸੇ ਜਗ੍ਹਾ 'ਤੇ ਆਪਣੇ ਸਕਿੱਲ ਸੈੱਟ ਵਗੈਰਾ 'ਤੇ ਕੰਮ ਕਰਨਾ ਸ਼ੁਰੂ ਕੀਤਾ। ਤਾਂ ਜੀ ਅਗਲਾ ਸਟੈਪ ਮੈਂ ਲਿਆ ਸੀ ਕਿ ਮੈਂ MBA ਲਈ ਚਲਾ ਗਿਆ, MBA ਜਾ ਕੇ ਮੈਂ ਫਾਈਨੈਂਸ ਮੇਜਰਸ ਕਰਨ ਲੱਗ ਗਿਆ ਜੀ। ਤਾਂ ਉੱਥੇ ਵੀ ਜਾ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਮੈਂ ਆਪਣਾ ਟਾਈਮ ਹੀ ਵੇਸਟ ਕਰ ਰਿਹਾ, ਆਪਾਂ ਨੂੰ ਸਾਰਿਆਂ ਨੂੰ ਪਤਾ ਸਟੂਡੈਂਟਸ ਕੋਲ ਪੈਸੇ ਨਹੀਂ ਹੁੰਦੇ, ਬਾਕੀ ਸਭ ਕੁਛ ਹੀ ਹੁੰਦਾ। ਸੋ ਉਸ ਟਾਈਮ ਵੀ ਪੈਸੇ ਨਹੀਂ ਸੀਗੇ ਬਟ ਅਸੀਂ ਸਟਾਰਟ ਕੀਤਾ, ਬਟ ਮੈਂ ਇਸ ਟਾਈਮ ਇੰਟਰਨੈਸ਼ਨਲ ਮਾਰਕੀਟ ਨੂੰ ਟਾਰਗੇਟ ਕੀਤਾ, ਉੱਥੇ ਮੈਂ ਕੰਮ ਕਰਨਾ ਸ਼ੁਰੂ ਕੀਤਾ। ਬਟ ਉਹੀ ਚੀਜ਼ ਜੀ ਕੁਛ ਵੀ ਮੈਨੂੰ ਨਹੀਂ ਆ ਰਿਹਾ ਸੀ, ਮੇਰੇ ਲਾਈਕ ਰਿਜ਼ਲਟਸ ਕੁਛ ਵੀ ਨਹੀਂ ਆ ਰਹੇ ਸੀਗੇ ਅਤੇ ਹਰ ਯੂ ਨੋ ਸਿਰਫ ਖਰਚਾ ਹੀ ਹੋਇਆ ਜਾ ਰਿਹਾ ਸੀ, ਖਰਚਾ ਹੀ ਹੋ ਰਿਹਾ ਸੀ। ਤਾਂ ਖਾਣਾ ਪੀਣਾ ਛੱਡ ਕੇ ਮੈਂ ਆਪਣੇ ਖਰਚੇ ਪੂਰੇ ਕੀਤੇ ਆ ਜੀ ਉਸ ਟਾਈਮ 'ਤੇ। ਮੈਂ ਲੰਚ ਸਕਿੱਪ ਕਰਦਾ ਸੀ, ਮੈਂ ਯੂ ਨੋ ਡਿਨਰ ਸਕਿੱਪ ਕਰਦਾ ਸੀ, ਮੇਰੇ ਫਰੈਂਡਸ ਨੇ ਕੋਈ ਮੂਵੀ ਦਾ ਪਲਾਨ ਬਣਾਉਣਾ, ਸਭ ਤੋਂ ਪਹਿਲਾਂ ਮੈਂ ਹੁੰਦਾ ਸੀ ਜੋ ਮਨ੍ਹਾ ਕਰਦਾ ਸੀ ਕਿ ਮੈਂ ਮੂਵੀ 'ਤੇ ਨਹੀਂ ਜਾਣਾ। ਉਹ ਚੀਜ਼ ਮੈਂ ਉਸ ਟਾਈਮ ਕਿਸੇ ਕੋਲ ਜ਼ਾਹਰ ਹੀ ਨਹੀਂ ਕੀਤੀ ਸੀ, ਕਿਉਂ? ਕਿਉਂਕਿ ਜੀ ਮੈਂ ਜਦੋਂ 9th ਸਟੈਂਡਰਡ ਵਾਲੀ ਗੱਲ ਆਪਣੇ ਪੇਰੈਂਟਸ ਨਾਲ ਕੀਤੀ ਸੀ ਤਾਂ ਕਿਸੇ ਨੇ ਮੈਨੂੰ ਸੀਰੀਅਸ ਲਿਆ ਹੀ ਨਹੀਂ ਸੀ। ਤਾਂ ਉਸ ਟਾਈਮ ਮੈਂ ਇਹ ਚੀਜ਼ ਸੋਚੀ ਸੀ ਕਿ ਜੀ ਮੈਂ ਕਿਸੇ ਨੂੰ ਵੀ ਦੱਸਣਾ ਨਹੀਂ ਕਿ ਮੈਂ ਕਰ ਕੀ ਰਿਹਾ, ਬਿਕੋਜ਼ ਉਹ ਮੈਂ ਕਾਮਯਾਬ ਹੋਣਾ, ਮੈਂ ਕਿਸੇ ਨੂੰ ਨਾਲ ਲੈ ਕੇ ਕਾਮਯਾਬ ਨਹੀਂ ਹੋਣਾ, ਮੈਂ ਇਕੱਲੇ ਨੇ ਹੋਣਾ ਅਤੇ ਮੈਂ ਇਕੱਲਾ ਹੀ ਇਸ ਜਰਨੀ ਨੂੰ ਪੂਰਾ ਕਰੂੰਗਾ ਜੀ। ਉਸ ਤੋਂ ਬਾਅਦ ਜੀ ਬਿਜ਼ਨਸ ਵਗੈਰਾ 'ਤੇ ਮੈਂ ਕੰਮ ਕਰਨਾ ਜਦੋਂ ਸ਼ੁਰੂ ਕੀਤਾ, ਕੁਛ ਆ ਨਹੀਂ ਰਿਹਾ, ਸਭ ਜਾ ਹੀ ਰਿਹਾ, ਤਾਂ ਇੱਕ ਚੀਜ਼ ਮੈਂ ਉਸ ਤੋਂ ਬਹੁਤ ਵੱਡਾ ਲੈਸਨ ਇੱਕ ਲਰਨ ਕੀਤਾ, ਐਂਡ ਆਈ ਹੋਪ ਕਿ ਉਹ ਸਾਰੇ ਆਂਟਰਪ੍ਰਨਿਓਰਸ ਨੂੰ ਯੂ ਨੋ ਉਹ ਚੀਜ਼ ਦੀ ਵੈਲਿਊ ਹੋਣੀ ਚਾਹੀਦੀ ਹੈ, ਉਹ ਹੈਗੀ ਹੈ ਜੀ ਕੰਸਿਸਟੈਂਸੀ, ਬੰਦੇ ਕੋਲ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਤੁਸੀਂ ਜਿਮ ਜਾਂਦੇ ਹੋ, ਪਹਿਲੇ ਦਿਨ ਜਾਂਦੇ ਹੋ, ਤੁਸੀਂ ਆ ਕੇ ਯੂ ਨੋ ਤੁਸੀਂ ਵਰਕਆਊਟ ਕਰਦੇ ਹੋ, ਉੱਥੇ ਘਰ ਆ ਕੇ ਤੁਸੀਂ ਆਪਣੀ ਬੋਡੀ ਚੈੱਕ ਕਰਦੇ ਹੋ, ਕੀ ਹੁੰਦਾ? ਕੁਛ ਵੀ ਨਹੀਂ। ਦੂਸਰੇ ਦਿਨ ਜਾਂਦੇ ਹੋ, ਤੁਸੀਂ ਆ ਕੇ ਘਰ ਬੋਡੀ ਚੈੱਕ ਕਰਦੇ ਹੋ, ਕੁਛ ਵੀ ਨਹੀਂ ਹੁੰਦਾ। ਬਟ ਤੁਸੀਂ 6 ਮਹੀਨੇ ਜਦੋਂ ਲਗਾਤਾਰ ਤੁਸੀਂ ਜਿਮ ਜਾ ਕੇ ਤੁਸੀਂ ਵਰਕਆਊਟ ਕਰਦੇ ਹੋ, ਤੁਹਾਨੂੰ ਆਪਣੀ ਬੋਡੀ ਦੇ ਵਿੱਚ ਚੇਂਜਿਸ ਆਉਣੇ ਦਿਖਣੇ ਸ਼ੁਰੂ ਹੋ ਜਾਂਦੇ ਆ, ਉਹ ਜਿਵੇਂ ਵੀ ਜਦੋਂ ਜਿਵੇਂ ਦੀ ਤੁਸੀਂ ਬੋਡੀ ਚਾਹੁੰਦੇ ਹੋ ਉਦਾਂ ਦੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਚੀਜ਼ ਹੁੰਦੀ ਹੈ ਜੀ ਕੰਸਿਸਟੈਂਸੀ। ਉਸ ਤੋਂ ਬਾਅਦ ਜੀ ਮੇਰਾ ਉਸ ਤੋਂ ਬਾਅਦ MBA ਤੋਂ ਬਾਅਦ ਮੈਂ ਯੂ ਨੋ ਜੋਬ ਇੱਕ ਸ਼ੁਰੂ ਕੀਤੀ, ਬਿਕੋਜ਼ ਮੇਰੇ ਪੇਰੈਂਟਸ ਵੱਲੋਂ ਬੜਾ ਪ੍ਰੈਸ਼ਰ ਸੀ, ਐਂਡ ਮੇਰੀ ਮੈਰਿਜ ਹੋ ਗਈ ਜੀ। ਬਟ ਇੱਕ ਚੀਜ਼ ਸੀਗੀ ਕਿ ਸਾਰੇ ਬਹੁਤ ਖੁਸ਼ ਸੀ ਸਿਵਾਏ ਇੱਕ ਬੰਦੇ ਦੇ, ਉਹ ਸੀ ਮੈਂ। ਐਂਡ ਉਹ ਇਸ ਕਰਕੇ ਸੀ ਕਿਉਂਕਿ ਮੈਨੂੰ ਇੱਦਾਂ ਲੱਗਦਾ ਸੀ ਕਿ ਯਾਰ ਮੈਂ ਤਾਂ ਫਸ ਗਿਆ, ਯੂ ਨੋ ਮੈਂ ਇੱਦਾਂ ਦੀ ਜ਼ਿੰਦਗੀ ਨਹੀਂ ਜੀ ਸਕਦਾ। ਸੋ ਇੱਕ ਦਿਨ ਮੈਂ ਆਪਣੇ ਵਾਈਫ ਨਾਲ ਬੈਠਾ, ਐਂਡ ਮੈਂ ਉਹਨਾਂ ਨੂੰ ਇਹ ਚੀਜ਼ ਦੱਸਿਆ ਕਿ ਆਹ ਮੇਰਾ ਪੈਸ਼ਨ ਹੈ, ਐਂਡ ਮੈਂ ਆਹ ਚੀਜ਼ ਅਬ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਸਿਰਫ ਬਿਜ਼ਨਸ ਕਰਨਾ ਚਾਹੁੰਦਾ, ਐਂਡ ਉਸ ਤੋਂ ਇਲਾਵਾ ਮੈਨੂੰ ਕੋਈ ਵੀ ਚੀਜ਼ ਖੁਸ਼ੀ ਨਹੀਂ ਦਊਗੀ ਕਦੇ ਵੀ। ਉਹਨਾਂ ਨੇ ਵੀ ਮੇਰਾ ਇੱਕ ਪੈਸ਼ਨ ਨੂੰ ਥੋੜ੍ਹਾ ਸਮਝਿਆ, ਤਾਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਉਸ ਦਿਨ, ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ 5 ਤੋਂ 6 ਸਾਲ ਆਪਾਂ ਸਿਰਫ ਮਿਹਨਤ ਕਰਾਂਗੇ, ਐਂਡ ਉਸ ਤੋਂ ਬਾਅਦ ਜਿਹੋ ਜਿਹੀ ਵੀ ਜ਼ਿੰਦਗੀ ਉਹ ਜਿਉਣਾ ਚਾਹੁੰਦੇ ਆ, ਜਿੱਥੇ ਵੀ ਰਹਿ ਕੇ ਉਹ ਜਿਉਣਾ ਚਾਹੁੰਦੇ ਆ, ਉਹਨਾਂ ਨੂੰ ਉਹ ਮਿਲੇਗੀ। ਜਾਂ ਦੂਸਰਾ ਪਹਿਲੂ ਇਹ ਹੈ ਜੀ ਕਿ ਆਪਾਂ ਨੂੰ ਸਾਰੀ ਉਮਰ ਕਿਸੇ ਨਾ ਕਿਸੇ ਚੀਜ਼ 'ਤੇ ਐਡਜਸਟ ਕਰਕੇ ਹਮੇਸ਼ਾ ਲਈ ਚੱਲਣਾ ਪਏਗਾ। ਚਲੋ ਉਹਨਾਂ ਨੇ ਮੈਨੂੰ ਅੱਛਾ ਸਪੋਰਟ ਦਿੱਤਾ। ਸੋ ਫਾਈਨਲੀ ਮੈਂ ਆਪਣੀ ਜੋਬ ਕੁਇਟ ਕੀਤੀ, ਐਂਡ ਮੈਂ ਆਪਣਾ ਬਿਜ਼ਨਸ ਇੱਕ ਸ਼ੁਰੂ ਕੀਤਾ। ਹੌਲੀ ਹੌਲੀ ਜੀ ਮਿਹਨਤ ਮੈਂ ਵੀ ਕਰਦਾ ਗਿਆ, ਥੋੜ੍ਹੀ ਮੈਨੂੰ ਸਪੋਰਟ ਮੇਰੇ ਯੂ ਨੋ ਫੈਮਿਲੀ ਤੋਂ ਮਿਲਣੀ ਸ਼ੁਰੂ ਹੋਈ, ਤਾਂ ਉਹ ਚੀਜ਼ਾਂ ਯੂ ਨੋ ਹੌਲੀ ਹੌਲੀ ਸਭ ਠੀਕ ਹੋਣ ਲੱਗ ਗਈਆਂ। ਸੋ ਅਗਰ ਤੁਸੀਂ ਕੁਛ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਐਂਡ ਉਹ ਕੁਛ ਵੀ ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਜੀ ਤੁਸੀਂ ਬਿਜ਼ਨਸ ਖੜ੍ਹੇ ਕਰਨੇ ਆ, ਤੁਸੀਂ ਸਕਸੈਸਫੁਲ ਬਣਨਾ ਚਾਹੁੰਦੇ ਹੋ ਅਗਰ, ਐਂਡ ਉਹ ਸਕਸੈਸਫੁਲ ਦੀ ਜੋ ਡੈਫੀਨੇਸ਼ਨ ਉਹ ਹਰ ਲਈ ਅਲੱਗ ਹੈ। ਕੋਈ ਪੈਸਾ ਕਮਾਉਣਾ ਚਾਹੁੰਦਾ, ਕੋਈ ਅੱਛੀ ਜ਼ਿੰਦਗੀ ਜਿਉਣਾ ਚਾਹੁੰਦਾ, ਕੋਈ ਫੇਮ ਹਾਸਿਲ ਕਰਨਾ ਚਾਹੁੰਦਾ, ਸੋ ਉਹਦੇ ਲਈ ਤੁਹਾਨੂੰ ਕੰਮ ਕਰਨਾ ਪਏਗਾ।
ਉਹਦੇ ਇਹਦੇ ਲਈ ਪੰਜ ਮੈਂ ਸ਼ਾਰਟ ਲਿਸਟ ਕਰਦਾ ਹੁੰਦਾ ਜੀ ਹਮੇਸ਼ਾ, ਅਗਰ ਮੇਰੇ ਤੋਂ ਕੋਈ ਪੁੱਛਦਾ ਕਿ ਜੀ ਮੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ, ਤਾਂ ਪੰਜ ਚੀਜ਼ਾਂ ਐਸੀਆਂ ਜੀ ਜੋ ਇਸ ਯੂਨੋ ਤੁਹਾਨੂੰ ਹਮੇਸ਼ਾ ਧਿਆਨ 'ਚ ਰੱਖਣੀਆਂ ਚਾਹੀਦੀਆਂ। ਪਹਿਲਾ ਹੈਗਾ ਜੀ ਕਿ ਤੁਹਾਡੇ ਗੋਲਸ ਦੀ ਤੁਹਾਡੇ ਮਨ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ, ਤੁਸੀਂ ਕਰਨਾ ਕੀ ਚਾਹੁੰਦੇ ਹੋ ਐਕਚੁਅਲੀ। ਉਹਦੇ ਵਿੱਚ ਕੀ ਆ, ਤੁਸੀਂ ਬਿਜ਼ਨਸ ਕਰਨਾ, ਤੁਸੀਂ ਇੱਕ ਬਹੁਤ ਵੱਡਾ ਐਮਪਾਇਰ ਖੜਾ ਕਰਨਾ ਚਾਹੁੰਦੇ ਹੋ, ਤੁਸੀਂ ਯੂਨੋ ਉਹ ਫੇਮ ਹਾਸਿਲ ਕਰਨਾ ਚਾਹੁੰਦੇ ਹੋ, ਤੁਸੀਂ ਮੋਨੀਟਰੀ ਸਕਸੈਸ ਹੈ, ਜਾਂ ਤੁਸੀਂ ਵੈਸੇ ਇੱਕ ਅੱਛੀ ਲਾਈਫ ਜਿਉਣਾ ਚਾਹੁੰਦੇ ਹੋ। ਸੋ ਸਕਸੈਸ ਤੁਸੀਂ ਕਿੱਦਾਂ ਹਾਸਿਲ ਕਰਨਾ ਉਹ ਤੁਹਾਡੇ 'ਤੇ ਹੈ। ਦੂਸਰਾ ਸਭ ਤੋਂ ਵੱਡਾ ਇਹ ਹੈਗਾ ਜੀ ਕਿ ਤੁਹਾਨੂੰ ਕੰਮ ਕਰਨਾ ਪਏਗਾ ਉਹਦੇ ਲਈ। ਕੋਈ ਵੀ ਤੁਹਾਨੂੰ ਬੈਠ ਗਿਆ ਇੱਥੇ ਤੁਸੀਂ ਆਰਡਰ ਮਾਰ ਕੇ ਜੀ ਕਾਮਯਾਬ ਨਹੀਂ ਹੋ ਸਕਦੇ, ਤੁਹਾਨੂੰ ਖੁਦ ਕੰਮ ਕਰਨਾ ਪਏਗਾ ਉਸਦੇ ਲਈ। ਤੀਸਰਾ ਹੈ ਜੀ, ਸਕਸੈਸ ਇੱਕ ਕੀਮਤ ਨਾਲ ਆਉਂਦਾ। ਉਹ ਕੀਮਤ ਤੁਹਾਡੀ ਖੁਸ਼ੀ ਦੀ ਹੋ ਸਕਦੀ ਹੈ, ਤੁਹਾਡੇ ਟਾਈਮ ਦੀ ਹੋ ਸਕਦੀ ਹੈ, ਤੁਹਾਡੀ ਫਰੈਂਡਸ਼ਿਪ ਦੀ ਹੋ ਸਕਦੀ ਹੈ, ਔਰ ਕਿਸੇ ਵੀ ਤਰ੍ਹਾਂ ਦੀ ਇੱਕ ਤੁਹਾਨੂੰ ਯੂਨੋ ਉਹ ਇੱਕ ਕੀਮਤ ਦੇਣੀ ਪਊਗੀ ਸਕਸੈਸ ਨੂੰ ਹਾਸਿਲ ਕਰਨ ਲਈ। ਮੈਂ ਆਪਣੀ ਫਰੈਂਡਸ਼ਿਪਸ ਦਿੱਤੀਆਂ ਜੀ, ਮੇਰੇ 3-4 ਫਰੈਂਡਸ ਹੈ ਅੱਜ ਦੀ ਡੇਟ ਦੇ ਵਿੱਚ, ਬਿਕੋਜ਼ ਮੈਂ ਦੂਸਰਿਆਂ ਨੂੰ ਟਾਈਮ ਹੀ ਨਹੀਂ ਦੇ ਪਾਇਆ। ਤਾਂ ਤੀਸਰਾ ਇਹ ਹੈ ਜੀ ਕਿ ਐਂਟਰਪ੍ਰੀਨਿਓਰਸ਼ਿਪ, ਜਾਂ ਜਦੋਂ ਤੁਸੀਂ ਸਕਸੈਸਫੁਲ ਹੋਣ ਦੀ ਜਰਨੀ 'ਤੇ ਹੁੰਦੇ ਹੋ, ਉਹ ਇੱਕ ਲੋਨਲੀ ਜਰਨੀ ਹੈ ਜੀ। ਤੁਹਾਨੂੰ ਕਿਸੇ ਨਾ ਕਿਸੇ ਇੱਕ ਯੂਨੋ ਟਾਈਮ 'ਤੇ ਆ ਕੇ ਲੋਕ ਛੱਡ ਦੇਣਗੇ, ਕਿਉਂਕਿ ਉਹ ਇੱਕ ਟਾਈਮ ਤੱਕ ਤਾਂ ਤੁਹਾਡਾ ਸਾਥ ਦੇਣਗੇ, ਬਟ ਇੱਕ ਟਾਈਮ ਐਸਾ ਆਏਗਾ ਜੀ ਜਦੋਂ ਉਹਨਾਂ ਨੂੰ ਸਮਝ ਹੀ ਕੁਛ ਨਹੀਂ ਲੱਗੇਗਾ, ਐਂਡ ਉਹ ਇਹ ਗੱਲ ਸੋਚਣਗੇ ਜੀ ਕਿ ਯਾਰ ਇਹਦਾ ਤਾਂ ਦਿਮਾਗ ਖਰਾਬ ਹੋ ਗਿਆ, ਇਹ ਕੁਛ ਨਹੀਂ ਕਰ ਸਕਦਾ ਜ਼ਿੰਦਗੀ 'ਚ, ਸਾਨੂੰ ਵੀ ਲੈ ਡੁੱਬੂਗਾ। ਸੋ ਇਹ ਲੋਨਲੀ ਜਰਨੀ ਹੈ। ਇਹ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਮਝਦੇ ਹੋ ਕਿ ਤੁਸੀਂ ਕਰ ਸਕਦੇ ਹੋ, ਤਾਂ ਮੇਰਾ ਕਹਿਣਾ ਇਹ ਹੈ ਕਿ ਆਹ ਹੁਣ ਟਾਈਮ ਹੈ, ਉੱਠੋ ਜਾ ਕੇ ਕੰਮ ਸ਼ੁਰੂ ਕਰੋ। ਇਸ ਨੂੰ ਅੱਛਾ ਟਾਈਮ ਤੁਹਾਨੂੰ ਆਪਣੀ ਜ਼ਿੰਦਗੀ 'ਚ ਮਿਲ ਨਹੀਂ ਸਕਦਾ। ਟਾਈਮ ਸਭ ਨਾਲੋਂ ਵੱਡਾ ਐਸੈਟ ਆ ਹਰ ਬੰਦੇ ਲਈ। ਇੱਕ ਚੀਜ਼ ਮੈਂ ਹੋਰ ਸਿੱਖੀ ਹੈ ਜੀ ਇਹ ਸਾਰੇ ਜੋ ਵੀ ਮੇਰੇ ਜੋ ਮੇਰੀ ਜਰਨੀ ਸੀਗੀ, ਕਿ ਤੁਹਾਨੂੰ ਨਾ ਹਰ ਬੰਦੇ ਦੀ ਯੂਨੋ ਇੱਜ਼ਤ ਕਰਨੀ ਚਾਹੀਦੀ ਹੈ, ਰਿਗਾਰਡਲੈਸ ਟੂ ਕਿ ਉਹ ਬੰਦਾ ਹੈ ਕੀ, ਉਹ ਕੀ ਕੰਮ ਕਰਦਾ ਕੀ ਨਹੀਂ। ਕਿਉਂਕਿ ਜਦੋਂ ਤੁਸੀਂ ਹਰ ਬੰਦੇ ਦੀ ਰਿਸਪੈਕਟ ਕਰਦੇ ਹੋ, ਹਰ ਬੰਦੇ ਨਾਲ ਤੁਸੀਂ ਫਰੈਂਡਲੀ ਹੁੰਦੇ ਹੋ, ਤਾਂ ਉਹ ਤੁਹਾਨੂੰ ਕਦੇ ਛੱਡ ਕੇ ਨਹੀਂ ਜਾਣਗੇ। ਕਿਤੇ ਨਾ ਕਿਤੇ ਇੱਕ ਐਸਾ ਤੁਹਾਨੂੰ ਆਏ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਆਏਗਾ ਜਦੋਂ ਤੁਹਾਨੂੰ ਉਹਨਾਂ ਦੀ ਹੈਲਪ ਦੀ ਜ਼ਰੂਰਤ ਹੋਏਗੀ, ਐਂਡ ਉਦੋਂ ਕਰਨਗੇ। ਬਟ ਅਗਰ ਤੁਸੀਂ ਈਗੋ ਲੈ ਆਏ ਜਾਂ ਤੁਸੀਂ ਐਰੋਗੈਂਟ ਹੋ ਗਏ ਕਿਸੇ ਚੀਜ਼ 'ਤੇ ਲੈ ਕੇ, ਤਾਂ ਉਹ ਬੰਦੇ ਅਗਰ ਸਾਥ ਛੱਡ ਗਏ, ਤਾਂ ਮਤਲਬ ਤੁਹਾਡੇ ਤੋਂ 10 ਬੰਦੇ ਹੋਰ ਟੁੱਟ ਰਹੇ ਆ। ਇੱਕ ਚੀਜ਼ ਹੋਰ ਸੀ ਜੀ ਜੋ ਮੈਂ ਇਸ ਸਾਰੀ ਚੀਜ਼ ਤੋਂ ਯੂਨੋ ਮੈਂ ਇਹ ਸਿੱਖੀ ਹੈ ਜੀ, ਉਹ ਇਹ ਹੈ ਕਿ ਟਾਈਮ ਤੁਹਾਡੇ ਕੋਲ ਬਹੁਤ ਵੱਡਾ ਐਸੈਟ ਹੈ, ਬਹੁਤ ਵੱਡਾ ਐਸੈਟ ਹੈ। ਮੈਂ ਬੰਦੇ ਦੇਖੇ ਆ ਜੀ, ਯੂਨੋ ਮੈਂ ਗੱਲ ਕਰਦੇ ਦੇਖੇ ਆ ਬੰਦੇ ਕਿ ਜੀ ਟਾਈਮ ਅੱਛਾ ਨਹੀਂ ਹੈ, ਮੇਰੇ ਸਿਰ 'ਤੇ ਰਿਸਪੋਂਸੀਬਿਲਿਟੀਜ਼ ਹੈ, ਮੈਂ ਇਹ ਨਹੀਂ ਕਰ ਸਕਦਾ, ਮੈਂ ਯੂਨੋ ਮੇਰਾ ਲੱਕ ਨਹੀਂ ਅੱਛਾ, ਦੈਟ ਇਜ਼ ਵਾਈ ਮੈਂ ਬਿਜ਼ਨਸ ਨਹੀਂ ਕਰ ਸਕਦਾ। ਇਹ ਸਭ ਬਹਾਨੇ ਹੈ। ਬਹਾਨੇ ਤਾਂ ਮੈਂ ਇੰਨੇ ਸੁਣ ਸਕਦਾ ਜੀ ਕਿ ਮੇਰੀ ਸਾਰੀ ਜ਼ਿੰਦਗੀ ਯੂਨੋ ਬੀਤ ਜੂਗੀ, ਐਂਡ ਬਹਾਨੇ ਨਹੀਂ ਲੋਕਾਂ ਦੇ ਖਤਮ ਹੋਣੇ। ਸੋ ਇਸ ਲਈ ਆਪਾਂ ਨੂੰ ਥੋੜ੍ਹਾ ਜਿਹਾ ਉਸ ਤੋਂ ਉੱਪਰ ਉੱਠ ਕੇ ਕੁਛ ਕਰਨਾ ਚਾਹੀਦਾ। ਉਸ ਤੋਂ ਬਾਅਦ ਜੀ ਮੈਂ ਆਪਣਾ ਆਫਿਸ ਮੈਂ ਦੁਬਈ ਪਹਿਲਾਂ ਆਪਣਾ ਆਫਿਸ ਖੋਲ੍ਹਿਆ, ਉਸ ਤੋਂ ਬਾਅਦ ਜੀ ਮੈਂ ਸੇਮ ਈਅਰ ਦੇ ਐਂਡ ਦੇ ਵਿੱਚ ਮੈਂ ਦੋਹਾ ਆਪਣਾ ਆਫਿਸ ਖੋਲ੍ਹਿਆ ਕਤਾਰ ਦੇ ਵਿੱਚ, ਐਂਡ ਇਸ 2018 ਦੇ ਵਿੱਚ ਮੈਂ ਇੰਡੀਆ ਦੇ ਵਿੱਚ ਆਪਣਾ ਇੱਕ ਆਫਿਸ ਖੋਲ੍ਹਿਆ, ਜਿਸ ਨੂੰ ਕਿ ਹੁਣ ਮੈਂ ਯੂਨੋ ਮੈਂ ਇੱਥੋਂ ਬੈਠ ਕੇ ਕੰਮ ਕਰਦਾ। ਐਂਡ ਸਾਡਾ ਪਲਾਨ ਹੈ ਕਿ 2019 ਦੇ ਐਂਡ ਤੱਕ ਅਸੀਂ ਕੈਨੇਡਾ ਦੇ ਵਿੱਚ ਵੀ ਆਪਣਾ ਇੱਕ ਆਫਿਸ ਖੋਲ੍ਹ ਰਹੇ ਹਾਂ। ਸੋ ਇਹ ਸੀਗਾ ਜੀ ਕਿ ਸਾਰੀ ਸਿਰਫ ਮਿਹਨਤ ਕਰਕੇ ਸੀ, ਐਂਡ ਬਿਕੋਜ਼ ਮੈਂ ਸਾਰੀਆਂ ਚੀਜ਼ਾਂ ਨੂੰ ਟਾਈਮ ਦਿੱਤਾ ਅਤੇ ਉਸ ਤੋਂ ਸਿੱਖਿਆ। ਇਹ ਚੀਜ਼ ਬੜੀ ਜ਼ਰੂਰੀ ਸੀ। ਮੈਂ ਆਪਣੀ ਗੱਲ ਇੱਕ ਛੋਟੀ ਜਿਹੀ ਕੋਟ ਨਾਲ ਮਕਾਉਣਾ ਚਾਹੂੰਗਾ। ਮੈਂ ਉਸ ਤੋਂ ਬਹੁਤ ਜ਼ਿਆਦਾ ਇੰਸਪਾਇਰ ਹੋਇਆ ਮੈਂ ਜੀ। ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋ ਬਹੁਤ ਵੱਡੇ ਦਿਨ ਹੁੰਦੇ ਆ। ਪਹਿਲਾ ਦਿਨ ਹੁੰਦਾ ਜਿਸ ਦਿਨ ਬੰਦਾ ਪੈਦਾ ਹੁੰਦਾ ਜੀ, ਅਤੇ ਦੂਸਰਾ ਦਿਨ ਹੁੰਦਾ ਜਿਸ ਦਿਨ ਉਸਨੂੰ ਉਹਦਾ ਮਕਸਦ ਪਤਾ ਲੱਗ ਜਾਏ ਕਿ ਜੀ ਉਹ ਪੈਦਾ ਕਿਉਂ ਹੋਇਆ।
ਉਸ ਦਿਨ ਅਗਰ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਲਿਆ ਤਾਂ ਤੁਸੀਂ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋ ਜਾਓਗੇ। ਇਹ ਮੇਰੀ ਕਮਿਟਮੈਂਟ ਹੈ ਜੀ। ਥੈਂਕ ਯੂ ਸੋ ਮਚ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।